ਹਾਂਜੀ ਦੋਸਤੋ, ਪਿੰਡ ਰੇਲ ਮਾਜਰਾ ਜੋ ਰੋਪੜ ਨਵਾਂਸ਼ਹਿਰ ਰੋਡ 'ਤੇ ਪੈਂਦਾ ਪਿੰਡ, ਅੱਜ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗੁਫਾਵਾਂ ਵਿਖਾਉਣ ਲਈ ਤੁਹਾਨੂੰ ਲੈ ਕੇ ਚੱਲੇ ਹਾਂ। ਉੱਥੇ ਪਿੰਡ ਤੋਂ ਬਾਹਰ ਬਾਹਰ ਜਦੋਂ ਨਿਕਲਦੇ ਹਾਂ ਆਪਾਂ ਤਾਂ ਕੱਚੀ ਜੀ ਪਹੀ ਆ ਜਾਂਦੀ ਆ। ਇਹ ਕਾਫੀ ਦੂਰ ਆ ਪਿੰਡ ਤੋਂ, ਪਹਾੜੀ ਇਲਾਕਾ ਪੈ ਜਾਂਦਾ, ਸ਼ਿਵਾਲਿਕ ਦੀਆਂ ਪਹਾੜੀਆਂ ਨੇ, ਕੱਚਾ ਰਸਤਾ ਹੈ ਉਸ 'ਤੇ ਜੋ ਆਪਾਂ ਜਾ ਰਹੇ ਹਾਂ। ਥੋੜ੍ਹੀ ਜਿਹੀ ਉੱਪਰ ਪਹਾੜੀ 'ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਹੁਣ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗੁਫਾਵਾਂ ਵੇਖਣ ਲਈ ਉੱਪਰ ਚੱਲਦੇ ਹਾਂ ਪਹਾੜੀ 'ਤੇ। ਕਹਿੰਦੇ ਤਿੰਨ ਗੁਫਾਵਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ। ਇਹ 1700 ਤਕਰੀਬਨ 10 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਇੱਥੇ ਪਹੁੰਚੇ ਆ। ਉਹ ਇੱਥੇ ਕਾਫੀ ਲੰਮਾ ਸਮਾਂ ਰਹੇ ਆ। ਜੋ ਬਿਲਾਸਪੁਰ ਦਾ ਰਾਜਾ ਸੀ ਭੀਮ ਚੰਦ, ਉਸਨੂੰ ਇੱਥੋਂ ਸੁਨੇਹਾ ਭੇਜਿਆ ਸੀ ਕਿ ਵੀ ਤੂੰ ਈਨ ਮੰਨ ਲੈ ਬਾਬਾ ਬੰਦਾ ਸਿੰਘ ਬਹਾਦਰ ਨੇ, ਪਰ ਉਹਨੇ ਯੁੱਧ ਲਈ ਅੱਗੋਂ ਲਲਕਾਰਿਆ ਤਾਂ ਇਸ ਜਗ੍ਹਾ ਤੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਭੀਮ ਰਾਏ ਨਾਲ, ਭੀਮ ਚੰਦ ਸੀ ਉਹਦੇ ਨਾਲ ਯੁੱਧ ਲੜੇ, ਬਾਬਾ ਬੰਦਾ ਸਿੰਘ ਬਹਾਦਰ ਦੀ ਜਿੱਤ ਪ੍ਰਾਪਤ ਕੀਤੀ। ਇਸ ਜਗ੍ਹਾ 'ਤੇ ਰਹਿੰਦੇ ਹੁੰਦੇ ਸੀ ਉਸ ਸਮੇਂ ਬਾਬਾ ਜੀ। ਇਹ ਗੁਫਾ ਬਹੁਤ ਪੁਰਾਣੀ ਆ। ਆ ਜਾਓ ਆਪਾਂ ਇਹ ਅੰਦਰ ਚੱਲ ਕੇ ਦੇਖਦੇ ਹਾਂ। ਇਹ ਚਾਰੇ ਪਾਸਿਓਂ ਕੱਚੀ ਹੈ, ਰੇਤਾ ਹੇਠਾਂ ਰੇਤਾ ਵਾ। ਉਹ ਬਾਹਰ ਬਾਬਾ ਜੀ ਦੱਸ ਰਹੇ ਸੀਗੇ ਕਿ ਇਹ ਜਦੋਂ ਮੀਂਹ ਦਾ ਪਾਣੀ ਆਉਂਦਾ ਇਹ ਭਰ ਜਾਂਦੀ ਆ, ਅਤੇ ਇੱਕ ਦੋ ਵਾਰੀ ਸਾਫ਼ ਕੀਤੀ ਆ। ਇਹ ਕੱਚਾ ਰਸਤਾ ਨਾਲ ਸਾਡੇ ਹੋਰ ਵੀ ਸਿੰਘ ਆ, ਹਰਵਿੰਦਰ ਸਿੰਘ ਜੀ ਕਾਕਾ, ਇਹ ਨਾਲ ਲਾਈਟ ਦੀ ਸੇਵਾ ਕਰ ਰਹੇ ਆ। ਇਹ ਤਕਰੀਬਨ 7 ਕੁ ਫੁੱਟ ਉੱਚੀ ਆ, ਅਤੇ ਜੇ ਦੇਖਿਆ ਜਾਵੇ ਤਾਂ ਹੋਊਗੀ 30-35 ਫੁੱਟ ਲੰਬੀ ਆ ਇਹ। ਆ ਦੀਵਾ ਰੱਖਣ ਨੂੰ ਸ਼ਾਇਦ ਵਿੱਚ ਜਗ੍ਹਾ ਬਣਾਈ ਆ। ਇਹ ਬਾਬਾ ਜੀ ਦੱਸਦੇ ਕਿ ਇਹ ਹੈ ਤਾਂ ਕੱਚੀ ਇਹਦੇ, ਪਰ ਅਸੀਂ ਮਿੱਟੀ ਵਿੱਚੋਂ ਪਾ ਕੇ ਅਤੇ ਲਿਪ ਦਿੰਦੇ ਹਾਂ ਤਾਂ ਜੋ ਇਹ ਢਹੇ ਨਾ। ਇੱਕ ਗੁਫਾ ਤਾਂ ਕਹਿੰਦੇ ਢਹਿ ਗਈ ਆ। ਆ ਜਾਓ ਹੁਣ ਆਪਾਂ ਗੁਫਾ ਦੇ ਦੂਜੇ ਪਾਰ ਚੱਲਦੇ ਹਾਂ, ਨਿਕਲਦੇ ਹਾਂ ਬਾਹਰ। ਆਪਣਾ ਮੇਨ ਬੁੱਗਾ ਆ ਗਿਆ, ਪੀਤਾ ਲੱਤ, ਉਹ ਘੁੱਪ ਵੀ ਆ ਗਿਆ ਵਾ ਇੱਥੇ, ਚਿੱਟੇ ਲੀੜੇ ਅੱਗ ਲਾਉਂਦਾ ਹੋਇਆ। ਲਓ ਵੀ ਆ ਤੰਗ ਰਸਤਾ, ਗੁਫਾ ਦੇ ਵਿੱਚੋਂ ਨਿਕਲ ਕੇ ਅਸੀਂ ਉੱਪਰ ਆ ਗਏ ਹਾਂ ਪਹਾੜੀ 'ਤੇ। ਪਹਾੜੀ ਦਾ ਬਹੁਤ ਵਧੀਆ ਵਿਊ ਆ, ਤੁਸੀਂ ਦੇਖ ਸਕਦੇ ਹੋ। ਪਰ ਸਾਰੀਆਂ ਪਹਾੜੀਆਂ ਇਹ ਰੇਤ ਦੀਆਂ, ਰੇਤਾ ਕਰੀ ਜਾਂਦੀ ਆ। ਕਿਸੇ ਸਮੇਂ ਇੱਥੇ ਪਿੰਡ ਸੀਗਾ। ਆ ਜਾਓ ਹੁਣ ਆਪਾਂ ਦੂਸਰੀ ਗੁਫਾ ਤੁਹਾਨੂੰ ਦਿਖਾਉਂਦੇ ਹਾਂ। ਇਹ ਤੁਸੀਂ ਕੰਧ ਦੇਖ ਰਹੇ ਹੋ, ਕੰਧ ਦੇ ਪਿੱਛੇ ਇੱਕ ਗੁਫਾ ਸੀ, ਉਹ ਬੰਦ ਕਰ ਦਿੱਤੀ ਗਈ ਆ। ਬੰਦ ਹੋ ਗਈ, ਤੁਹਾਨੂੰ ਦੱਸਿਆ ਵੀ ਮੀਂਹ ਦਾ ਪਾਣੀ ਪੈ ਜਾਂਦਾ ਅਤੇ ਉਹਦੀਆਂ ਰੇਤਾਂ ਭਰ ਜਾਂਦੀ ਆ। ਇਹ ਤਕਰੀਬਨ ਕਹੀ ਜਾਂਦੀ ਆ ਕਿ 60-70 ਫੁੱਟ ਲੰਮੀ ਸੀਗੀ ਇਹ ਸੁਰੰਗ, ਇਹ ਗੁਫਾ ਸੀਗੀ, ਅਤੇ ਇਹਦੇ ਵੈਗਦੀ ਸਿੰਘ ਘੋੜੇ ਲੈ ਕੇ ਵੈਗਦੀ ਨਿਕਲ ਜਾਂਦੇ ਸੀ। ਥੋੜ੍ਹਾ ਜਿਹਾ ਪਾਰਟ ਰਹਿ ਗਿਆ ਇਹਦਾ, ਬਾਕੀ ਤਕਰੀਬਨ ਸਾਰਾ ਬੰਦ ਹੋ ਗਿਆ। ਜਿਹੜਾ ਰਹਿ ਗਿਆ ਇੱਥੇ ਬਾਬੇ ਰਹਿੰਦੇ, ਉਹਨਾਂ ਨੇ ਪੱਕਾ ਕਰਤਾ। ਇਹਦੇ ਵਿੱਚ ਕਮਰੇ ਬਣੇ ਹੋਏ ਨੇ, ਇੱਥੇ ਹੁਣ ਇਹ ਬਾਬੇ ਰਹਿੰਦੇ ਨੇ। ਚਲੋ ਭਗਤੀ ਕਰਦੇ ਨੇ, ਸੰਗਤਾਂ ਨੂੰ ਆਇਆਂ ਨੂੰ ਜਲ ਪਾਣੀ ਛਕਾਉਂਦੇ ਨੇ ਇੱਥੇ। ਜਦੋਂ ਹੁਣ ਅਸੀਂ ਆਏ ਹਾਂ, ਸਾਨੂੰ ਵੀ ਇਹਨਾਂ ਨੇ ਜਲ ਪਾਣੀ ਚਾਹ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ। ਅਸੀਂ ਅਨੰਦਪੁਰ ਸਾਹਿਬ ਤੋਂ ਆਉਂਦੇ ਸੀ, ਸਾਡੇ ਨਾਲ ਕੁਝ ਸਿੰਘ ਨੇ। ਇਹ ਸਿੰਘ ਸੂਰਮੇ ਆਪਣੇ ਨਾਲ ਆਏ ਨੇ, ਫਤਿਹ ਬੁਲਾਓ ਜੀ ਸਾਰੇ ਜਾਣੇ। ਵਾਹਿਗੁਰੂ ਜੀ ਕੀ ਫਤਿਹ।
ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਬਿਲਾਸਪੁਰ ਦੇ ਰਾਜੇ ਨੂੰ ਹਰਾ ਕੇ ਬਿਲਾਸਪੁਰ ਦੇ ਏਰੀਏ 'ਤੇ ਕਬਜ਼ਾ ਕਰ ਲਿਆ ਤਾਂ ਬਹਾਦਰ ਸ਼ਾਹ ਨੂੰ ਪਤਾ ਲੱਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਇੱਥੇ ਰਹਿ ਰਿਹਾ। ਉਹਨੇ ਫਿਰ ਇੱਥੇ ਆਣ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ 'ਤੇ ਹਮਲਾ ਕੀਤਾ। ਇੱਥੇ ਇੱਕ ਸਮਾਨ ਯੁੱਧ ਹੋਇਆ ਜਿਹੜਾ ਆਪਾਂ ਪਿੰਡ ਦਾ ਜ਼ਿਕਰ ਕਰ ਰਹੇ ਸੀ, ਜਿਮਕੇਰ। ਉਦੋਂ ਇਸ ਯੁੱਧ ਦੇ ਵਿੱਚ ਖਤਮ ਹੋ ਗਿਆ, ਢਹਿ ਢੇਰੀ ਹੋ ਗਿਆ। ਦੱਸਿਆ ਜਾਂਦਾ ਕਿ ਉਦੋਂ ਪਹਿਲਾਂ ਪਿੰਡ ਸੀ, ਹੁਣ ਇੱਕ ਦੋ ਨਿਸ਼ਾਨੀਆਂ ਨੇ ਇੱਥੇ ਖੂਹ ਬਣਿਆ ਹੋਇਆ ਹੈ ਤਕਰੀਬਨ, ਬਾਕੀ ਉਹ ਪਿੰਡ ਦੀਆਂ ਨਿਸ਼ਾਨੀਆਂ ਨਹੀਂ ਰਹੇ ਹਾਂ। ਅਤੇ ਜਦੋਂ ਆਪਾਂ ਉੱਪਰ ਗਏ ਹਾਂ ਇੱਕ ਉੱਥੇ ਮੰਦਰ ਬਣਿਆ ਹੋਇਆ ਹੈ, ਇਸ ਤੋਂ ਅੱਗੇ ਤੁਹਾਨੂੰ ਲੈ ਕੇ ਜਾਂਦੇ ਹਾਂ। ਉੱਪਰ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ। ਇੱਥੋਂ ਦੇ ਲੋਕਲ ਲੋਕ ਦੱਸਦੇ ਨੇ ਕਿ ਇੱਥੇ ਇੱਕ ਕਮਰਾ ਹੁੰਦਾ ਸੀ ਜਿੱਥੇ ਆ ਨਿਸ਼ਾਨ ਸਾਹਿਬ ਆ, ਅਤੇ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦਾ ਸੀਗਾ ਤਕਰੀਬਨ 2000 ਈਸਵੀ ਤੱਕ। ਹੁਣ ਇਹਦੀ ਕੋਈ ਹਾਲਤ ਬਹੁਤੀ ਵਧੀਆ ਨਹੀਂ ਰਹੇਗੀ, ਅਤੇ ਇੱਥੇ ਨਾ ਹੀ ਕੋਈ ਇਹਦੀ ਬਹੁਤੀ ਸਾਂਭ ਸੰਭਾਲ। ਇੱਕ ਬਾਬਾ ਜੀ ਇੱਥੇ ਰਹਿੰਦੇ ਆ ਜ਼ਰੂਰ, ਉਹਨਾਂ ਨੇ ਹੇਠਾਂ ਰਿਹਾਇਸ਼ ਦਾ ਜ਼ਰੂਰ ਥੋੜ੍ਹਾ ਜਿਹਾ ਪ੍ਰਬੰਧ ਗੁਰਦੁਆਰਾ ਸਾਹਿਬ ਬਣਾਇਆ, ਪਰ ਇਹ ਬਹੁਤ ਉਚਾਈ 'ਤੇ ਹੈ। ਇਹ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਇਲਾਕੇ ਵਿੱਚ ਬਣੀਆਂ ਹੋਈਆਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗੁਫਾਵਾਂ ਜਿਹਦੇ ਆਪਾਂ ਦਰਸ਼ਨ ਕੀਤੇ ਆ। ਜਦੋਂ ਕਿਤੇ ਤੁਸੀਂ ਅਨੰਦਪੁਰ ਸਾਹਿਬ ਨੂੰ ਜਾਓ ਤਾਂ ਥੋੜ੍ਹਾ ਜਿਹਾ ਹਾਟਮਾ ਰੋਪੜ ਤੋਂ ਨਵਾਂ ਸ਼ਹਿਰ ਵੱਲ ਨੂੰ ਜ਼ਰੂਰ ਲੰਘਦੇ ਪਾਉਂਦੇ, ਇਹਨਾਂ ਗੁਫਾਵਾਂ ਦੇ ਦਰਸ਼ਨ ਕਰਕੇ ਆਓ। ਧੰਨਵਾਦ।